ਵਿਵਸਥਾ ਜਿਹੜੀ ਵੱਧ ਤੋਂ ਬਦਤਰ ਹੋ ਚੁੱਕੀ ਆ ਔਰ ਮੈਂ ਸਮਝਦਾ ਕਿ ਰਾਜਕਤਾ ਦਾ ਮਾਹੌਲ ਸੂਬੇ ਦੇ ਅੰਦਰ ਪੈਦਾ ਹੋਇਆ ਵੱਡਾ ਕਾਰਨ ਹੈ ਕਿ ਸਰਕਾਰ ਲਾਪਰਵਾਹ ਵੀ ਹੈ ਸਰਕਾਰ ਅਣਗਹਿਲੀ ਕਰ ਰਹੀ ਆ ਔਰ ਸਰਕਾਰ ਸੰਜੀਦਗੀ ਨਾਲ ਇਹਨਾਂ ਘਟਨਾਵਾਂ ਵੱਲ ਧਿਆਨ ਨਹੀਂ ਦੇ ਰਹੀ ਔਰ ਇਹਨਾਂ ਘਟਨਾਵਾਂ ਵੱਲ ਧਿਆਨ ਨਾ ਦੇਣ ਕਰਕੇ ਨਿਤ ਦਿਨ ਇਸ ਟਾਰਗੇਟਿੰਗ ਕਿਲਿੰਗ ਹੋ ਰਹੀਆਂ ਨੇ ਔਰ ਜਿਹੜੀ ਖਾਸ ਤੌਰ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਰਗੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਦਾ ਵਾਪਰਨਾ ਹੋਰ ਵੀ ਬਹੁਤ ਦੁਖਦਾਈ ਅਤੇ ਚੁਣੌਤੀ ਵਾਲੀ ਗੱਲ ਆ ਔਰ SSP ਸਾਹਿਬ ਨਾਲ ਗੱਲ ਹੋਈ ਆ ਉਹਨਾਂ ਨੇ ਵਾਅਦਾ ਕੀਤਾ ਕਿ ਸ਼ਾਮ ਤੱਕ ਅਸੀਂ ਕਿਸੇ ਨਤੀਜੇ 'ਤੇ ਪਹੁੰਚਾਂਗੇ ਔਰ ਕਿਉਂ ਹੋਏ ਕਿਹਨੇ ਕੀਤਾ ਕਿਵੇਂ ਹੋਇਆ ਇਹ ਸਾਰੀ ਸੱਚ ਅਸੀਂ ਸਾਹਮਣੇ ਜਲਦੀ ਚਾਹੁੰਦੇ ਹਾਂ ਕਿਉਂਕਿ ਵਿਵਹਾਰ ਪੱਖੋਂ ਸਹਿਚਾਰ ਪੱਖੋਂ ਮਤਲਬ ਕੋਈ ਸ਼ਿਕਾਇਤ ਵਿਕਰਮ ਵਿੱਕੀ ਮਿੱਡੂ ਖੇੜੇ ਦੀ ਸਾਡੇ ਨੋਟਸ ਵਿੱਚ ਨਹੀਂ ਕਦੇ ਆਈ ਔਰ ਬੱਚਿਆਂ ਵਿੱਚੋਂ ਨੌਜਵਾਨਾਂ ਵਿੱਚੋਂ ਇਹਦਾ ਵਿਵਹਾਰ ਵੀ ਬਹੁਤ ਵਧੀਆ ਸੀ ਸਹਿਚਾਰ ਬਹੁਤ ਅੱਛਾ ਸੀ ਕਦੇ ਬਹੁਤਾ ਕਿਸੇ ਨਾਲ ਕੁੜੱਤਣ 'ਚ ਬੋਲਦੇ ਹੀ ਨਹੀਂ ਸੀ ਸੋ ਇਸ ਤਰ੍ਹਾਂ ਦੇ ਨੌਜਵਾਨ ਨਾਲ ਇਸ ਤਰ੍ਹਾਂ ਦਾ ਭਾੜਾ ਵਾਪਰਨਾ ਮੈਂ ਸਮਝਦਾ ਕਿਤੇ ਨਾ ਕਿਤੇ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦਾ ਅਤੇ ਕਿਵੇਂ ਗੈਂਗ ਇਸ ਨਾਲ ਜੁੜ ਕੇ ਦੇਖ ਰਹੇ ਹੋ ਇਹਨੂੰ ਕਿਸੇ ਨੇ ਜ਼ਿੰਮੇਵਾਰੀ ਲੱਤੀ ਇਹ ਗੱਲ ਸੁਣਨ ਦਾ ਅਜੇ ਤੱਕ ਜਿਸ ਤਰ੍ਹਾਂ ਸਾਨੂੰ ਉੱਚ ਅਧਿਕਾਰੀਆਂ ਨੇ ਜਿੰਨੀ ਗੱਲ ਉਹਨਾਂ ਨਾਲ ਮੇਰੀ ਹੋਈ ਆ ਅਜੇ ਕਿਸੇ ਕਿਸਮ ਦੇ ਗੱਲ 'ਤੇ ਕਹਿਣਾ ਵੀ ਗੈਂਗਸਟਰ ਦਾ ਹੈ ਜਾਂ ਇਹਦੇ ਪਿੱਛੇ ਕੌਣ ਹੈ ਉਹ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹਨਾਂ ਨੇ ਸ਼ਾਮ ਤੱਕ ਦਾ ਸਮਾਂ ਮੰਗਿਆ ਅਤੇ ਸ਼ਾਮ ਤੱਕ ਕਿਸੇ ਗੱਲ 'ਤੇ ਤੈਅ ਕਰਨਗੇ ਕਿ ਕੌਣ ਹੈ ਇਹਦੇ ਪਿੱਛੇ ਕਿਉਂ ਹੋਇਆ